ਜਿਹੜੇ 10 ਸਾਲਾਂ ਚ ਪ੍ਰਗਤੀ ਆਪਣਾ ਦੇਸ਼ ਇੰਡੀਆ ਭਾਰਤ ਜਿਹੜਾ ਦੇਖ ਰਿਹਾ ਉਹ ਸ਼ਤਾਬਦੀਆਂ ਤੋਂ ਗਤੀ ਸਾਡੇ ਕਦੀ ਨਹੀਂ ਇੱਥੇ ਹੋਈ। ਹੁਣ ਦੇਖਣ 2014 ਤੋਂ ਬਾਅਦ ਅਗਰ ਅਸੀਂ ਦੇਖੀਏ ਰੇਲਵੇ ਲਾਈਨਾਂ ਦੀ ਇਲੈਕਟ੍ਰੀਫਿਕੇਸ਼ਨ ਹੋਣਾ ਇੱਕ ਡਾਟਾ ਬੜਾ ਹੀ ਹੈਰਾਨਜਨਕ ਵਾਲਾ ਹੈਗਾ ਵੀ US ਚ ਵੀ ਸਿਰਫ 21% ਰੇਲਵੇ ਇਲੈਕਟ੍ਰੀਫਾਈਡ ਹੈ। ਮੋਦੀ ਸਾਹਿਬ ਨੇ ਵੀ ਕਿਹਾ ਜਰਮਨੀ ਚ ਵੀ ਸਿਰਫ 61% ਇਲੈਕਟ੍ਰੀਫਾਈਡ ਹੈ। ਸਾਡੇ ਹਿੰਦੁਸਤਾਨ ਚ ਮੋਦੀ ਜੀ ਦੇ ਆਉਣ ਤੋਂ ਬਾਅਦ 2014 ਤੋਂ ਬਾਅਦ 90% ਰੇਲਵੇ ਇਲੈਕਟ੍ਰੀਫਿਕੇਸ਼ਨ ਹੋ ਚੁੱਕੀ ਹੈ। ਇਹਦਾ ਮਤਲਬ ਜ਼ੀਰੋ ਐਮਿਸ਼ਨ, ਜ਼ੀਰੋ ਕਾਰਬਨ ਐਮਿਸ਼ਨ, ਇਨਵਾਇਰਮੈਂਟ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਹਿੰਦੁਸਤਾਨ ਉਸ ਤੋਂ ਸਭ ਤੋਂ ਅੱਗੇ ਚੱਲਦਾ ਪਿਆ। ਦੂਸਰੇ ਨੰਬਰ 'ਤੇ ਜਿਹੜਾ ਅਸੀਂ ਅਗਰ ਮੋਗੇ ਦੀ ਗੱਲ ਕਰੀਏ, ਮੋਗਾ ਸਾਡਾ ਰੇਲਵੇ ਸਟੇਸ਼ਨ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਸਟੇਸ਼ਨ ਹੈ। ਉਸ ਤੋਂ ਬਾਅਦ ਇਸ 'ਤੇ ਕਦੀ ਵੀ ਕੋਈ ਵਰਕ ਨਹੀਂ ਹੋਇਆ। ਮੋਗਾ ਵਰਗੇ ਸ਼ਹਿਰ ਸਾਡੇ ਪਿਛੜੇ ਹੋਏ ਏਰੀਏ 'ਚ ਵੀ ਇੰਨਾ ਵਿਕਾਸ, ਇੰਨਾ ਧਿਆਨ ਦੇਣਾ, ਤੁਸੀਂ ਅੱਜ ਸੋਚ ਸਕਦੇ ਹੋ ਪੂਰੇ ਭਾਰਤ ਵਰਸ਼ 'ਚ ਕਿੰਨਾ ਵਿਕਾਸ ਹੋ ਰਿਹਾ ਹੋਊਗਾ ਅਤੇ ਕਿੰਨੀ ਗਤੀ ਨਾਲ ਹੋ ਰਿਹਾ ਹੋਊਗਾ। 25 ਕਰੋੜ ਦੀ ਲਾਗਤ 'ਚ ਇੱਥੇ ਵੇਟਿੰਗ ਰੂਮ ਬਣਾਉਣਾ, ਇੱਥੇ ਨਵੇਂ ਕਾਊਂਟਰਸ ਬਣਨਾ, ਅੱਛੇ ਸ਼ੌਚਾਲਿਆ ਬਣਨਾ, ਅੱਛੇ ਅਨਾਊਂਸਮੈਂਟ ਦਾ ਸਿਸਟਮ ਹੋਣਾ, ਨਵੇਂ ਟਰੈਕ, ਨਵੇਂ ਪਲੇਟਫਾਰਮ ਬਣਨਾ। ਆਪਣੇ ਕੋਲ ਇੱਕ ਹੀ ਪਲੇਟਫਾਰਮ ਸੀਗਾ, ਇੱਥੇ 2-3 ਪਲੇਟਫਾਰਮ ਹੋਰ ਬਣ ਰਹੇ ਹੈ। ਆਵਾਜਾਈ 'ਚ ਵੀ ਟ੍ਰੇਨਾਂ ਦੀ ਇੱਥੇ ਹੋਰ ਜ਼ਿਆਦਾ ਨੰਬਰ ਵੀ ਵਧਾਇਆ ਜਾਊਗਾ, ਜਿਸ ਨਾਲ ਪ੍ਰੋਪਰ ਕਨੈਕਟੀਵਿਟੀ ਟੂ ਬਠਿੰਡਾ, ਲੁਧਿਆਣਾ, ਫਿਰੋਜ਼ਪੁਰ, ਅੱਗੇ ਦਿੱਲੀ ਤੱਕ ਪ੍ਰੋਪਰ ਕਨੈਕਟੀਵਿਟੀ ਹੋ ਸਕੇ। ਮੋਦੀ ਜੀ ਦੀ ਜਿਹੜੀ ਨੀਤੀ ਦੇ ਆਧਾਰ 'ਤੇ ਦੇਸ਼ ਦਾ ਜਿਹੜਾ ਵਿਕਾਸ ਹੁੰਦਾ ਪਿਆ, ਚਾਹੇ ਸੜਕਾਂ ਦੀ ਜਾਲ ਦੇਖ ਲਓ, 2014 ਤੋਂ ਪਹਿਲਾਂ 12 ਕਿਲੋਮੀਟਰ ਪ੍ਰਤੀ ਵਰਸ਼ ਸੜਕ ਬਣਦੀ ਸੀ, ਹੁਣ 29 ਕਿਲੋਮੀਟਰ ਪ੍ਰਤੀ ਵਰਸ਼ ਸੜਕ ਬਣਦੀ ਹੈ। ਅਗਰ ਤੁਸੀਂ ਵਿਕਾਸ ਦੀ ਗੱਲ ਹਵਾਈ ਅੱਡਿਆਂ 'ਚ ਕਰ ਲਓ, ਯਾਤਾਯਾਤ 'ਚ, ਪਹਿਲਾਂ ਸਾਡੇ ਕੋਲ 48-74 ਹਵਾਈ ਅੱਡੇ ਸੀਗੇ, ਸਾਡੇ ਕੋਲ ਹੁਣ 154 ਹਵਾਈ ਅੱਡੇ ਹੈ। ਰੇਲਵੇ ਹੋ ਗਿਆ, ਰੇਲਵੇ ਹੋ ਗਈ ਅਤੇ ਹਵਾਈ ਜਹਾਜ਼ ਹੋ ਗਏ, ਤਿੰਨੋਂ ਡਾਇਰੈਕਸ਼ਨ 'ਚ ਹੀ ਇੰਨਾ ਫੈਲਾਅ ਹੁੰਦਾ ਪਿਆ ਜਿਹਦੇ ਵਿੱਚ ਸਾਨੂੰ ਦੇਖ ਕੇ ਲੱਗ ਰਿਹਾ ਵੀ ਦੇਸ਼ ਸਾਡਾ ਉਸ ਤਰੱਕੀ ਦੀ ਰਾਹ 'ਤੇ ਚੱਲਦਾ ਪਿਆ ਜਿਹਦੇ ਵਿੱਚ ਅਸੀਂ ਦੁਨੀਆ ਦੀ ਹੁਣ 5ਵੀਂ ਇਕੋਨਮੀ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਦੂਸਰਿਆਂ ਦੀ ਟੌਪ 3 ਇਕੋਨਮੀਆਂ 'ਚ ਆਪਣਾ ਨਾਮ ਸ਼ਾਮਿਲ ਕਰ ਸਕਾਂਗੇ ਅਤੇ ਆਪਣਾ ਨਾਮ ਹੋਰ ਉੱਪਰ ਲੈ ਕੇ ਜਾ ਸਕਾਂਗੇ। ਮੈਨੂੰ ਦੇਸ਼ ਵਾਸੀਆਂ ਨੂੰ, ਮੋਗਾ ਵਾਸੀਆਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੀਆਂ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜਿਹਦੇ ਵਿੱਚ ਸਾਰਿਆਂ ਦੀ ਐਫਰਟਸ ਨਾਲ ਅੱਜ ਸਾਡਾ ਮੋਗਾ ਰੇਲਵੇ ਸਟੇਸ਼ਨ ਵੀ ਤਰੱਕੀ ਦੀ ਰਾਹ 'ਤੇ ਇੱਕ ਰੀਮੋਡੀਫਿਕੇਸ਼ਨ ਅਤੇ ਰੀਮੋਡਲਿੰਗ ਦੇ ਜਾ ਕੇ ਬਹੁਤ ਹੀ ਅੱਛਾ ਬਣ ਰਿਹਾ ਹੈ ਅਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ 'ਚ ਜਦੋਂ ਪੂਰਾ ਬਣ ਕੇ ਤਿਆਰ ਹੋ ਜੂਗਾ ਉਦੋਂ ਫਿਰ ਦੁਬਾਰਾ ਇਸ ਤਰ੍ਹਾਂ ਦਾ ਫੰਕਸ਼ਨ ਕਰਕੇ ਰੇਲਵੇ ਸਟੇਸ਼ਨ ਨੂੰ ਸਮਰਪਿਤ ਲੋਕਾਂ ਨੂੰ ਕੀਤਾ ਜਾਊਗਾ ਅਤੇ ਉਸ ਤੋਂ ਬਾਅਦ ਲੋਕ ਇਹਦਾ ਪੂਰਾ ਪੂਰਨ ਰੂਪ ਨਾਲ ਫਾਇਦਾ ਲੈ ਸਕਣਗੇ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਜਿਹੜੇ ਰੇਲਵੇ ਮਿਨਿਸਟਰ ਨੇ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਮੋਗੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਬਹੁਤ ਪੁਰਾਣਾ ਬਣਿਆ ਹੋਇਆ, ਉਹਦਾ ਆਧੁਨਿਕਰਨ ਜਿਹੜਾ ਉਹ ਅੱਜ ਸ਼ੁਰੂ ਹੋਇਆ ਪਿਆ ਸੀ, ਉਹਦਾ ਉਦਘਾਟਨ ਅੱਜ ਹੋ ਰਿਹਾ ਔਰ ਮੈਂ ਉਹਦੇ ਨਾਲ ਨਾਲ ਹੀ ਜਿਹੜੇ ਪਹਿਲਾਂ ਦੇ ਇਹਨਾਂ ਤੋਂ ਰੇਲਵੇ ਮਿਨਿਸਟਰ ਸੀ ਪਿਯੂਸ਼ ਗੋਇਲ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਆਪਣੀ ਟਨਿਊਰ ਦੌਰਾਨ ਮੈਂ ਉਹਨਾਂ ਨੂੰ 2 ਵਾਰੀ ਮਿਲ ਕੇ ਆਇਆ ਸੀ ਔਰ ਇਸ ਮੋਗੇ ਦੇ ਰੇਲਵੇ ਸਟੇਸ਼ਨ ਵਾਸਤੇ ਰਿਕੁਐਸਟ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਉਦੋਂ ਜਿਹੜਾ ਆਧੁਨਿਕਰਨ ਕਰ ਰਹੇ ਸੀਗੇ ਉਹਨਾਂ ਰੇਲਵੇ ਸਟੇਸ਼ਨਾਂ 'ਚ ਮੋਗੇ ਨੂੰ ਉਸ ਵੇਲੇ ਸ਼ਾਮਿਲ ਕਰ ਲਿਆ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਦੂਜੇ ਰੇਲਵੇ ਸਟੇਸ਼ਨਾਂ ਵਾਸਤੇ ਫੰਡ ਆਏ ਤਾਂ ਮੋਗੇ ਲਈ ਵੀ ਫੰਡ ਆ ਗਏ ਸੀ, ਬਟ ਇਹਦਾ ਕੰਮ ਨਹੀਂ ਸ਼ੁਰੂ ਹੋਇਆ।
ਤਾਂ ਫਿਰ ਮੈਂ ਕੁਲਦੀਪ ਧਾਲੀਵਾਲ ਜੀ ਨੇ ਸਾਡੇ ਇੱਥੇ ਜਿਹੜੇ ਸੀਨੀਅਰ ਡਿਵੀਜ਼ਨਲ ਮੈਨੇਜਰ ਨੇ ਮੋਗੇ ਤੋਂ ਹੀ ਆ, ਉਹ ਫਿਰੋਜ਼ਪੁਰ ਲੱਗੇ, ਉਹਨਾਂ ਨੂੰ ਨਾਲ ਲੈ ਕੇ ਅਤੇ ਮੈਂ ਸੰਜੇ ਸਾਹੂ ਜੀ ਜਿਹੜੇ ਡਿਵੀਜ਼ਨਲ ਮੈਨੇਜਰ ਨੇ ਉਹਨਾਂ ਨੂੰ ਰਿਕੁਐਸਟ ਕਰਕੇ ਆਇਆ ਅਤੇ ਇਹਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਹੋ ਗਿਆ। ਜਿਹੜੇ ਬਾਕੀ ਰੇਲਵੇ ਸਟੇਸ਼ਨ ਸੀਗੇ ਉਹਨਾਂ ਦੇ ਨਾਲ ਹੀ ਤਕਰੀਬਨ 25 ਕਰੋੜ ਰੁਪਈਆ ਮੋਗੇ ਦੇ ਰੇਲਵੇ ਸਟੇਸ਼ਨ ਲਈ ਪਾਸ ਹੋਇਆ ਸੀ, ਜਿਹਦੇ 'ਚੋਂ ਪਹਿਲੇ ਫੇਜ਼ 'ਚ 6 ਕਰੋੜ ਰੁਪਈਆ ਜਿਹੜਾ ਉਹ ਲੱਗ ਰਿਹਾ। ਸੋ ਮੈਨੂੰ ਖੁਸ਼ੀ ਹੈ ਕਿ ਮੇਰਾ ਲਾਇਆ ਹੋਇਆ ਬੂਟਾ, ਮੇਰਾ ਸ਼ੁਰੂ ਕੀਤਾ ਹੋਇਆ ਕੰਮ, ਮੇਰਾ ਡ੍ਰੀਮ ਪ੍ਰੋਜੈਕਟ ਮੋਗੇ ਦਾ ਰੇਲਵੇ ਸਟੇਸ਼ਨ ਸੋਹਣਾ ਬਣੇ, ਉਹਦਾ ਅੱਜ ਇਨੈਗੁਰੇਸ਼ਨ ਪ੍ਰਧਾਨ ਮੰਤਰੀ ਜੀ ਆਪ ਖੁਦ ਕਰ ਰਹੇ ਆ। ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸ਼ੈੱਡ ਬਣਨਗੇ ਜਿਹੜੇ ਕਾਫੀ ਰੇਲਵੇ ਦੇ ਡੱਬਿਆਂ ਨੂੰ ਕਵਰ ਕਰਨਗੇ। ਇੱਥੇ ਇੱਕ ਹਾਲ ਬਣ ਰਿਹਾ ਹੈਗਾ ਜਿੱਥੇ ਟਿਕਟ ਵਿੰਡੋ ਸੀਗੀ, ਉੱਥੇ ਪਹਿਲਾਂ ਬਾਰਿਸ਼ ਦੇ ਵਿੱਚ ਧੁੱਪ ਦੇ ਵਿੱਚ ਬਾਹਰ ਹੀ ਖੜ੍ਹੇ ਹੋਣਾ ਪੈਂਦਾ ਸੀ। ਏਸੀ ਹਾਲ ਵੀ ਬਣੂਗਾ, ਇੱਕ ਓਵਰ ਜਿਹੜਾ ਪਾਸ ਹੈਗਾ ਆ ਪੌੜੀਆਂ ਵਾਲਾ ਉਹ ਵੀ ਹੋਰ ਬਣੂਗਾ, ਔਰ ਜਿਹੜਾ ਪਿਛਲੇ ਪਾਸੋਂ ਆਲਰੇਡੀ ਇੱਕ ਰਸਤਾ ਹੈਗਾ ਇਹਦੇ ਨਾਲ ਨਾਲ ਇੱਕ ਦੂਜੇ ਪਾਸੇ ਉਹ ਰਸਤਾ ਵੀ ਬਣ ਜਾ ਰਿਹਾ। ਸੋ ਮੈਂ ਜਿੱਥੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ, ਉੱਥੇ ਹੀ ਜਿਹੜਾ ਹੋਰ ਕੰਮ ਮੈਂ ਚਲਾ ਰਿਹਾ ਹੈਗਾ ਜਿਹੜਾ ਕਿਚਲੂ ਸਕੂਲ ਦੇ ਕੋਲੋਂ FCI ਰੋਡ ਆ ਉਹਨੂੰ ਵੀ ਜਿਹੜੀ BEd ਕਾਲਜ ਵਾਲੀ ਸੜਕ ਹੈ ਉਹਦੇ ਨਾਲ ਜੋੜਨ ਵਾਸਤੇ ਅੰਡਰ ਪਾਸ ਵਾਸਤੇ ਮੈਂ ਕੋਸ਼ਿਸ਼ਾਂ ਜਾਰੀ ਹੈ। ਉਮੀਦ ਹੈ ਕਿ ਜਿਹੜੀ ਦੁਬਾਰਾ ਹੁਣ ਸਰਕਾਰ ਬਣੂਗੀ ਭਾਜਪਾ ਦੀ ਉਦੋਂ ਇਹ ਵੀ ਜ਼ਰੂਰ ਪਾਸ ਹੋ ਕੇ ਅਤੇ ਇਹਨੂੰ ਕੰਪਲੀਟ ਕਰਾ ਲਾਂਗੇ। ਜੀ ਹਾਂਜੀ, ਮੈਂ ਪਲੇਟੀ ਦੇ ਵਾਸਤੇ ਇਹ ਵੱਡਾ ਕੰਮ ਹੈਗਾ, ਇਹਦੇ 'ਚ 2 ਡਿਪਾਰਟਮੈਂਟ ਇਨਵੋਲਵ ਹੁੰਦੇ ਨੇ, ਇੱਕ ਰੇਲਵੇ ਇੱਕ FCI। ਇਹਦੇ ਵਾਸਤੇ ਮੈਂ ਕੋਸ਼ਿਸ਼ ਕੀਤੀ ਸੀ ਔਰ ਪਹਿਲਾਂ ਮੈਂ ਡਗਰੂ ਵਾਸਤੇ ਟਰਾਈ ਕੀਤੀ ਸੀ, ਪਰ ਰੇਲਵੇ ਦੀ ਆਲਰੇਡੀ ਇੱਥੇ ਇੰਸਪੈਕਸ਼ਨ ਮੈਂ ਕਰਵਾ ਚੁੱਕਿਆ ਜਿਹਦੇ ਵਿੱਚ ਉਹਨਾਂ ਨੇ ਡਗਰੂ ਨੂੰ ਰਿਜੈਕਟ ਕਰਤਾ ਸੀ ਅਤੇ ਫਿਰ ਅਸੀਂ ਮਹਿਣਾ ਰੇਲਵੇ ਸਟੇਸ਼ਨ ਜਿਹੜਾ ਉਹਨੂੰ ਉਹਨਾਂ ਨੇ ਪਾਸ ਕਰਤਾ ਸੀ, ਕਿਉਂਕਿ ਆਲਰੇਡੀ ਉੱਥੇ ਰੇਲਵੇ ਸਟੇਸ਼ਨ ਬਣਿਆ ਪਿਆ ਔਰ 1 ਤੋਂ ਜ਼ਿਆਦਾ ਉੱਥੇ ਲਾਈਨਾਂ ਹੈਗੀਆਂ ਸ਼ੰਟਿੰਗ ਵਾਸਤੇ, ਢੋਆ ਢੁਆਈ ਵਾਸਤੇ। ਸੋ ਮੈਨੂੰ ਉਮੀਦ ਹੈ ਕਿ ਦੁਬਾਰਾ ਭਾਜਪਾ ਦੀ ਸਰਕਾਰ ਬਣੂਗੀ ਸੈਂਟਰ ਦੇ ਵਿੱਚ, ਔਰ ਪਰਮਾਤਮਾ ਮੈਨੂੰ ਵੀ ਹੋਰ ਤਾਕਤ ਦੇਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਲੇਟੀ ਜਿਹੜੀ ਆ ਉਹਨੂੰ ਅਸੀਂ ਇੱਥੋਂ ਮੋਗੇ ਦੀ ਗਾਂਧੀ ਰੋਡ ਵਾਲੇ ਪਾਸਿਓਂ ਸ਼ਿਫਟ ਕਰਾ ਕੇ ਅਤੇ ਉਹਨੂੰ ਮੈਨੇ ਲੈ ਕੇ ਚਲੇ ਜਾਵਾਂਗੇ। ਇਹ 2 ਲਾਈਨਾਂ ਆਲਰੇਡੀ ਮੈਂ ਪਾ ਕੇ ਆਇਆ ਸੀ, ਰਿਕੁਐਸਟ ਕੀਤੀ ਵੀ ਹੈ, ਇੱਕ ਜਿਹੜੀ ਕੋਟਕਪੁਰੇ ਵਾਲੀ ਆ ਅਤੇ ਇੱਕ ਪੱਟੀ ਵਾਲੀ ਆ। ਜੇ ਇਹ ਲਾਈਨ ਬਣ ਜਾਂਦੀ ਆ ਤਾਂ ਮੇਰਾ ਖਿਆਲ ਜਿਹੜਾ 450 ਕਿਲੋਮੀਟਰ ਦਾ ਫਾਸਲਾ ਹੈ ਉਹ ਤਕਰੀਬਨ 25-30 ਕਿਲੋਮੀਟਰ ਦੇ ਵਿੱਚ ਹੋ ਜਾਊਗਾ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪਿਛਲੀ ਆਪਣੀ ਟਨਿਓਰ ਦਾ ਸ਼ੁਰੂ ਕੀਤਾ ਕੰਮ ਹੁਣ ਫਲ ਲੱਗਿਆ, ਤਾਂ ਜਿਹੜਾ ਹੁਣ ਰਿਕੁਐਸਟਾਂ ਪਾਈਆਂ ਵੀ ਆ ਇਹਦਾ ਮੈਨੂੰ ਉਮੀਦ ਹੈ ਕਿ ਮੋਦੀ ਸਾਹਿਬ ਦੀ ਦੁਆਰਾ ਸਰਕਾਰ ਬਣੂਗੀ ਤਾਂ ਉਦੋਂ ਇਹ ਕੰਪਲੀਟ ਹੋ ਜਾਊਗਾ, ਜਿਹੜੀ ਪੱਟੀ ਤੋਂ ਮੋਗਾ ਅਤੇ ਮੋਗੇ ਤੋਂ ਕੋਟਕਪੁਰਾ ਇਹ ਰੇਲਵੇ ਲਾਈਨ ਵੀ ਜ਼ਰੂਰ ਬਣੂਗੀ। ਚਲੋ ਜੀ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਈ ਜਿਹੜੇ ਆ ਸਟੇਸ਼ਨਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ 41,000 ਕਰੋੜ ਦੀ ਲਾਗਤ ਦੇ ਨਾਲ, ਮੋਗਾ ਵੀ ਉਹਨਾਂ ਦੇ ਵਿੱਚ ਕੀ ਕਹੋਗੇ ਜਿਸ ਤਰ੍ਹਾਂ ਦੇ ਕੀ ਇੱਥੇ ਬਣੇਗਾ? ਮੈਂ ਰਕੇਸ਼ ਭੱਲਾ SS ਕਮੇਟੀ ਦਾ ਮੈਂਬਰ ਸੀ, ਜਿਹੜਾ ਕਿ ਸੁਪਰਵੀਜ਼ਨ ਵਾਸਤੇ ਸਾਨੂੰ ਸਟੇਸ਼ਨ ਦੀ ਦਿੱਤੀ ਗਈ ਹੈ। ਅਸੀਂ ਧੰਨਵਾਦ ਕਰਦੇ ਹਾਂ ਪ੍ਰਧਾਨ ਮੰਤਰੀ ਤੇਜਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਦਾ, ਜਿਨ੍ਹਾਂ ਨੇ ਮੋਗਾ ਸਟੇਸ਼ਨ ਜੋ ਕਿ ਜਦੋਂ ਦਾ ਮੁਲਕ ਯਾਦ ਹੋਇਆ ਕਿਸੇ ਨੇ ਛੇੜਿਆ ਤੱਕ ਨਹੀਂ ਸੀ, ਉਹਦੇ ਵਾਸਤੇ 25 ਕਰੋੜ ਰੁਪਈਆ ਨੂੰ ਡਿਵੈਲਪ ਕਰਨ ਵਾਸਤੇ ਦਿੱਤਾ। ਔਰ ਇਸ ਸਟੇਸ਼ਨ ਦੇ ਉੱਤੇ ਲੋਕਾਂ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ, ਦਿਵਿਆਂਗ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ,
ਬਜ਼ੁਰਗਾਂ ਵਾਸਤੇ ਏਸੀ ਕਮਰੇ, ਬਜ਼ੁਰਗਾਂ ਵਾਸਤੇ ਵੇਟਿੰਗ ਰੂਮ ਔਰ ਇਹ ਔਰ ਲੋਕਾਂ ਦੀ ਆਮ ਲੋਕਾਂ ਦੀ ਸਹੂਲਤ ਵਾਸਤੇ ਇੱਥੇ ਕੰਪਿਊਟਰਾਈਜ਼ ਜਿਹੜੀ ਹੈ ਬੁਕਿੰਗ ਸੈਂਟਰ ਬਣਾਇਆ ਗਿਆ ਹੈ। ਅਸੀਂ ਧੰਨਵਾਦ ਕਰਦੇ ਰੇਲਵੇ ਮੰਤਰੀ ਦਾ ਵੀ ਜਿਨ੍ਹਾਂ ਨੇ ਸਾਨੂੰ ਇਸ ਗੱਲ ਦਾ ਸਹਿਯੋਗ ਦਿੱਤਾ ਕਿ 25 ਕਰੋੜ ਰੁਪਏ ਭੇਜ ਕੇ ਮੋਗਾ ਸਟੇਸ਼ਨ ਦੀ ਕਾਇਆਕਲਪ ਵਾਸਤੇ। ਬਹੁਤ ਜ਼ਿਆਦਾ ਸੀ ਔਰ ਇਹਦਾ ਨਕਸ਼ਾ ਇਸ ਢੰਗ ਤਰੀਕੇ ਨਾਲ ਤਿਆਰ ਗਿਆ ਹੈ, ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਘੱਟੋ ਘੱਟ ਦੋ ਦੋ ਰਾਹ ਕੱਢੇ ਗਏ, ਦੋ ਦੋ ਪੁਲ ਬਣਾਏ ਗਏ ਹੈ, ਦੋ ਦੋ ਕੰਟੀਨਾਂ ਬਣਾਈਆਂ ਗਈਆਂ ਔਰ ਹਰ ਤਰ੍ਹਾਂ ਦੀ ਇਹਦੇ 'ਤੇ ਫੈਸਿਲਿਟੀ ਦਿੱਤੀ ਗਈ ਹੈ ਤਾਂ ਕਿ ਲੋਕਾਂ ਨੂੰ ਆਮ ਸੁਣਾਂ ਅਤੇ ਆਮ ਲੋਕਾਂ ਨੂੰ ਸਹੂਲਤ ਕਿਸ ਤਰ੍ਹਾਂ ਨਾ ਹੋ ਸਕੇ। ਮੈਂ ਸਗੋਂ ਮੋਗਾ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇੱਥੇ ਮੋਗੇ ਤੋਂ ਹਰ ਤਰ੍ਹਾਂ ਦੀ ਸਟੇਸ਼ਨ ਤੋਂ ਰੇਲਵੇ ਚੱਲਦੀ ਹੈ, ਉਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ। ਜਿਸ ਤਰ੍ਹਾਂ ਕਿ ਜੈਪੁਰ, ਬੀਕਾਨੇਰ, ਦਿੱਲੀ, ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ, ਜਲੰਧਰ, ਹਰ ਤਰ੍ਹਾਂ ਦੀ ਇੱਥੋਂ ਜਿਹੜੀ ਹੈਗੀ ਆ ਹਰ ਸਟੇਸ਼ਨ ਨੂੰ ਪਾਸ ਆਉਣ ਹੁੰਦੀ ਆ ਰੇਲਵੇ ਔਰ ਉਹ ਲੋਕਾਂ ਨੂੰ ਆਮ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਦੀ ਸਹੂਲਤ ਦਾ ਫਾਇਦਾ ਲਿਆ ਜਾਵੇ। ਇੱਥੇ ਦੇਖੋ ਜੀ ਇਸ ਤਰ੍ਹਾਂ ਵੀ ਸਾਰਾ ਏਸੀ ਰੇਲਵੇ ਸਟੇਸ਼ਨ ਬਣ ਰਿਹਾ, ਉਹਦੇ 'ਚ ਦਿਵਿਆਂਗ ਲੋਕਾਂ ਵਾਸਤੇ ਫਲੱਸ਼ ਬਾਥਰੂਮ ਦਾ ਪੂਰਾ ਸਿਸਟਮ ਹੈ, ਆਮ ਲੋਕਾਂ ਵਾਸਤੇ ਹਰ ਤਰ੍ਹਾਂ ਦੀ ਏਸੀ ਕਮਰੇ ਬਣਾਏ ਗਏ ਆ, ਆ ਬਜ਼ੁਰਗਾਂ ਵਾਸਤੇ ਲਹਿਰਾ ਜਗ੍ਹਾ ਦਿੱਤੀ ਗਈ ਹੈ, ਟਿਕਟ ਬੁਕਿੰਗ ਵਾਸਤੇ ਕੰਪਿਊਟਰਾਈਜ਼ ਸਿਸਟਮ ਬਣਾਇਆ ਗਿਆ ਹੈ। 25 ਕਰੋੜ ਦੀ ਲਾਗਤ ਨਾਲ ਤੁਸੀਂ ਦੇਖੋ ਕਾਇਆਕਲਪ ਹੋ ਰਹੀ ਹੈ ਮੋਗੇ ਸਟੇਸ਼ਨ ਦੀ। ਕਦੋਂ ਤਿਆਰ ਹੋ ਜਾਏਗਾ ਜੀ? ਇਹ ਘੱਟੋ ਘੱਟ ਇਹਨੂੰ ਸਾਲ ਤਾਂ ਲੱਗ ਹੀ ਜਾਣਾ, 1 ਸਾਲ ਤਾਂ ਲੱਗ ਹੀ ਜਾਣਾ ਔਰ ਪੂਰਾ ਐਨ ਅੱਜ ਦੇ ਮੁਤਾਬਕ ਵਾਤਾਵਰਨ ਕੂਨਿਤ ਹੋਊਗਾ, ਕਿਸੇ ਤਰ੍ਹਾਂ ਦੀ ਕੋਈ ਕਿਸੇ ਵੀ ਆਮ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਦੇਖੋ ਪਲੇਟੀ ਦਾ ਸਿਸਟਮ ਜਿਹੜਾ ਅੱਜ ਮੈਂ DRM ਨੂੰ ਅੱਜ ਮੰਗ ਪੱਤਰ ਵੀ ਦਿੱਤਾ ਇਸ ਗੱਲ ਦਾ ਵੀ ਪਲੇਟੀ ਜਿਹੜੀ ਹੈ ਉਹ ਮੋਗਾ ਵਾਸਤੇ ਬਹੁਤ ਹੀ ਇੱਕ ਭਿਆਨਕ ਸਥਿਤੀ ਉਹਦੀ ਬਣੀ ਹੋਈ ਹੈ ਕਿਉਂਕਿ ਕਈ ਮੌਤਾਂ ਹੋ ਚੁੱਕੀਆਂ ਇਸ 'ਤੇ। ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਇਸ ਤੁਹਾਡੀ ਜਿਹੜੀ ਮੰਗ 'ਤੇ ਜਲਦੀ ਤੋਂ ਜਲਦੀ ਗੌਰ ਕਰਕੇ ਇਸ ਨੂੰ ਸਿਰੇ ਚੜਿਆ ਜਾਊਗਾ। ਵੱਡੇ ਅਧਿਕਾਰੀ ਨਾਲ DRM ਦੇ DRM ICG ਟੈਕ ਨੇ ਆਪਣੀ ਮਕੈਨੀਕਲ ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੂੰ ਮੰਗ ਪੱਤਰ ਦਿੱਤਾ ਔਰ ਨਾਲ ਇਹ ਵੀ ਮੈਂ ਜ਼ੋਰਦਾਰ ਦੇ ਕੇ ਮੰਗ ਕੀਤੀ ਗਈ ਹੈ ਵੀ ਪੰਜਾਬ ਮੇਲ ਜਿਹੜੀ 7 ਵਜੇ ਸੁਬਹਾ ਫਿਰੋਜ਼ਪੁਰ ਆਉਂਦੀ ਹੈ ਉਹਨੂੰ ਮੋਗੇ ਲਿਆ ਜਾਵੇ ਕਿਉਂਕਿ ਉਹਦਾ 14 ਘੰਟੇ ਦਾ ਗੈਪ ਹੈਗਾ ਵਿਚਾਲੇ, ਤਾਂ ਕਿ ਮੋਗੇ ਦੇ ਲੋਕਾਂ ਨੂੰ ਕਲਕੱਤਾ, ਬੰਬੇ ਦੀ ਸਹੂਲਤ ਮਿਲ ਸਕੇ।